ਪਾਸਪੋਰਟ ਨੂੰ ਲੈ ਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਿੱਚ ਰੋਸ ਦੀ ਲਹਿਰ। ਦੋ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਖੁਸ਼ੀ ਦਾ ਸੁਨੇਹਾ ਦਿੱਤਾ ਸੀ। ਟਵੀਟ ਕਰਕੇ ਕਿਹਾ ਸੀ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਜੋ ਵੀ ਨਤਮਸਤਕ ਹੋਣ ਲਈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਆਉਣਗੇ ਉਹਨਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਪਰ ਦੂਜੇ ਪਾਸੇ ਹੁਣ ਜਦੋਂ ਭਾਰਤ ਦੇ ਲੋਕ ਸੇਵਾ ਕੇਂਦਰਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਜਾਂਦੇ ਹਨ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਕਿਹਾ ਜਾਂਦਾ ਹੈ ਕਿ ਆਪਣਾ ਪਾਸਪੋਰਟ ਲਿਆਓ, ਬਿਨਾਂ ਪਾਸਪੋਰਟ ਦੇ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਇਸ ਵਜ੍ਹਾ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਿੱਚ ਰੋਸ ਦੀ ਲਹਿਰ ਹੈ। ਸੰਗਤ ਦਾ ਕਹਿਣਾ ਹੈ ਕਿ ਜਦੋਂ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਾਸਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਹੈ ਅਤੇ ਆਪਣੇ ਦੇਸ਼ ਦੇ ਅਧਿਕਾਰੀ ਇਸ ਪਾਸਪੋਰਟ ਦੀ ਸ਼ਰਤ ਨੂੰ ਖਤਮ ਨਹੀਂ ਕਰ ਰਹੇ, ਆਪਣੇ ਦੇਸ਼ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਛੇਤੀ ਤੋਂ ਛੇਤੀ ਸਾਨੂੰ ਇਸ ਸ਼ਰਤ ਤੋਂ ਰਾਹਤ ਦਿੱਤੀ ਜਾਵੇ ਅਤੇ ਸਾਨੂੰ ਭਾਰਤ ਸਰਕਾਰ ਦੇ ਵੱਲੋਂ ਦਿੱਤੇ ਗਏ ਆਧਾਰ ਕਾਰਡ ਪਹਿਚਾਣ ਪੱਤਰ ਉੱਤੇ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇ। ਅਸੀਂ ਵੀ ਮੰਗ ਸਰਕਾਰ ਤੋਂ ਇਹ ਕਰਦੇ ਹਾਂ ਵੀ ਅਸੀਂ ਬਾਰਡਰ ਦੇ ਲੋਕ ਰਹਿਣ ਵਾਲੇ ਹਾਂ ਅਤੇ ਸਾਡੇ ਬਹੁਤ ਹਾਲਤ ਕਮਜ਼ੋਰ ਆ, ਅਸੀਂ ਪਾਸਪੋਰਟ ਬਣਾ ਨਹੀਂ ਸਕਦੇ ਅਤੇ ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਪਾਸਪੋਰਟ ਤੋਂ ਬਗੈਰ ਆਧਾਰ ਕਾਰਡ 'ਤੇ ਭੇਜਿਆ ਜਾਏ ਅਤੇ ਕਰਤਾਰਪੁਰ ਸਾਹਿਬ ਦਾ ਦਰਸ਼ਨ ਕਰਵਾਇਆ ਜਾਏ। ਬਹੁਤ ਚਿਰਾਂ ਤੋਂ ਲਲਚਾ ਹੈ ਉਸਦੇ ਦਰਸ਼ਨ ਹੋ ਸਕਣ, ਅਸੀਂ ਗੌਰਮੈਂਟ ਦੇ ਧੰਨਵਾਦੀ ਹੋਵਾਂਗੇ। ਅਸੀਂ ਕਪੂਰਥਲੇ ਜ਼ਿਲ੍ਹੇ ਦੇ ਨੂੰ ਬਿਲੋਂਗ ਕਰਦੇ ਜੀ। ਅਸੀਂ ਕਪੂਰਥਲੇ ਜ਼ਿਲ੍ਹੇ ਵਿੱਚ ਵੀ ਕਈ ਵਾਰ ਮਤਲਬ ਜਿਸ ਦਿਨ ਦਾ ਇਮਾਨ ਖਾਨ ਨੇ ਐਲਾਨ ਕੀਤਾ ਕਿ ਪਾਸਪੋਰਟ ਤੋਂ ਬਗੈਰ ਜਾ ਸਕਦੇ ਹਾਂ, ਸਾਨੂੰ ਬਹੁਤ ਖੁਸ਼ੀ ਹੋਈ। ਕੀ ਨਾਮ ਜੀ? ਰਿਸ਼ਪਾਲ ਸਿੰਘ ਜੀ। ਰਿਸ਼ਪਾਲ ਜੀ, ਦੱਸੋ ਕੀ ਤੰਗੀ ਆ ਰਹੀ ਹੈ? ਤੰਗੀ ਇਹ ਆ ਰਹੀ ਹੈ ਜੀ, ਜਿਹੜਾ ਇਮਰਾਨ ਖਾਨ ਨੇ ਐਲਾਨ ਕੀਤਾ ਨਾ ਜੀ ਪਾਸਪੋਰਟ ਤੋਂ ਬਿਨਾਂ ਦੂਜੇ ਵੀ, ਇੱਥੇ ਜਿਹੜੇ ਵੀ ਆਪਾਂ ਸੁਵਿਧਾ ਕੇਂਦਰ ਜਾਈਏ ਉਹ ਆਉਂਦੇ ਵੀ ਪਾਸਪੋਰਟ ਤੋਂ ਬਿਨਾਂ ਨਹੀਂ ਗਾ, ਕਿਤੇ ਵੀ ਸਾਡਾ ਨਹੀਂ ਗਾ ਚੱਲਦਾ, ਸਾਡਾ ਫੀਡ ਨਹੀਂ ਹੁੰਦਾ, ਕੋਈ ਕੁਝ ਕਰਦਾ ਵਾ, ਸਾਨੂੰ ਇਹ ਦਿੱਕਤ ਆਉਂਦੇ ਜੀ ਪਾਸਪੋਰਟ ਤੋਂ ਬਿਨਾਂ, ਜਿਹੜਾ ਕੋਈ ਅਜੇ ਸੁਵਿਧਾ ਨਹੀਂ ਗੀ ਆਪਣੇ ਕੋਲ ਇੱਥੇ ਜੀ। ਰਿਸ਼ਪਾਲ ਸਿੰਘ ਜੀ, ਕੀ ਦਿੱਕਤ ਆ ਰਹੀ ਹੈ ਜੀ? ਦਿੱਕਤ ਇਹੋ ਹੀ ਆ ਰਹੀ ਹੈ ਜੀ, ਜਦੋਂ ਅਸੀਂ ਜਾਂਦੇ ਹਾਂ ਦਫ਼ਤਰਾਂ 'ਚ ਕਹਿੰਦੇ ਕਿ ਪਾਸਪੋਰਟ ਨਾਲ ਹੀ ਤੁਸੀਂ ਜਾ ਸਕਦੇ ਹੋ, ਉੱਧਰ ਜਦੋਂ ਸਾਨੂੰ ਪਤਾ ਲੱਗਾ ਕਿ ਮਤਲਬ ਇਮਰਾਨ ਖਾਨ ਨੇ ਕਿਹਾ ਵੀ ਪਾਸਪੋਰਟ ਤੋਂ ਬਿਨਾਂ ਆਧਾਰ ਕਾਰਡ 'ਤੇ, ਪਰ ਸਾਡੀ ਸਰਕਾਰ ਅਜੇ ਕੋਈ ਸਾਨੂੰ ਪਤਾ ਨਹੀਂ ਲੱਗਣ ਡਿਆ ਦਫ਼ਤਰਾਂ ਦੇ ਵਿੱਚ ਵੀ, ਉਹ ਕਹਿੰਦੇ ਵੀ ਪਾਸਪੋਰਟ ਤੋਂ ਬਿਨਾਂ ਨਹੀਂ ਜਾ ਸਕਦਾ।